ਬਹੁਤ ਖੁਸ਼ੀ ਹੋ ਰਹੀ ਹੈ, ਮੈਂ ਆਪਣੇ ਪੰਜਾਬ ਵਾਸਤੇ, ਆਪਣੇ ਇੰਡੀਆ ਵਾਸਤੇ ਮੈਡਲ ਜਿੱਤ ਗਿਆ ਹਾਂ। ਇਹ ਕੰਪਟੀਸ਼ਨ ਤੋਂ ਪਹਿਲਾਂ ਬੜੀਆਂ ਚੁਣੌਤੀਆਂ ਸੀ ਮੇਰੇ ਵਾਸਤੇ, ਮੇਰੀ ਇੰਜਰੀ ਸੀਗੀ, ਗ੍ਰੇਡ 3 ਟੀਅਰ ਸੀਗਾ ਗਰੋਇਨ ਮਸਲ, ਮੈਨੂੰ ਲੱਗ ਰਿਹਾ ਇੱਕ ਟਾਈਮ 'ਤੇ ਵੀ ਮੈਂ ਏਸ਼ੀਅਨ ਗੇਮਸ ਪਾਰਟੀਸਪੇਟ ਵੀ ਨਹੀਂ ਕਰ ਪਾਊਂਗਾ, ਪਰ ਬਾਬੇ ਦੀ ਮਿਹਰ ਦੇ ਨਾਲ ਸਾਰਾ ਸਮੇਂ ਦੇ ਨਾਲ ਸੈੱਟ ਹੋ ਗਿਆ ਅਤੇ ਮੈਂ ਆਪਣੇ ਦੇਸ਼ ਲਈ ਮੈਡਲ ਜਿੱਤਿਆ। ਅਤੇ ਅਗਲਾ ਫੋਕਸ ਮੇਰਾ ਪੈਰਿਸ ਓਲੰਪਿਕ ਆ। ਤੁਹਾਨੂੰ ਕੋਈ ਗਲਤ ਕੰਮ ਵਿੱਚ ਲੈ ਕੇ ਜਾਣ ਦੀ ਕੋਸ਼ਿਸ਼ ਕਰਦਾ, ਤੁਹਾਨੂੰ ਉਹਦਾ ਸਾਥ ਉਸੇ ਟਾਈਮ 'ਤੇ ਛੱਡ ਦੇਣਾ ਚਾਹੀਦਾ, ਕਿਉਂਕਿ ਉਹ ਤੁਹਾਡਾ ਫਿਊਚਰ ਨਾਲ ਖਿਲਵਾੜ ਕਰ ਰਿਹਾ, ਤੁਹਾਡੇ ਮਾਂ ਪਿਓ ਦੇ ਸੁਪਨਿਆਂ 'ਤੇ ਪਾਣੀ ਫੇਰ ਰਿਹਾ। ਇਹਦੀ ਲੜਕੀ ਸੀ ਕਿਰਨ ਬਲਿਆਣ, ਉਹਨੇ ਬ੍ਰੌਂਜ਼ ਮੈਡਲ ਜਿੱਤਿਆ ਜੀ, ਅਤੇ ਉਹਨੇ ਮੈਨੂੰ ਟੌਂਟ ਮਾਰਿਆ, ਕਹਿੰਦੀ ਬਈਆ ਮੇਰਾ ਗੋਲਡ, ਮੇਰਾ ਬ੍ਰੌਂਜ਼ ਔਰ ਤੁਹਾਡਾ ਗੋਲਡ ਇੱਕ ਬਰਾਬਰ ਹੈ, ਮੈਂ ਉਹ ਕੈਸੇ ਕਹਤੇ ਆਪਕੋ ਵੀ 1 ਕਰੋੜ ਮਿਲਣਾ ਹੋਵੇਗੇ 1 ਕਰੋੜ ਮਿਲਣਾ। ਮਿਹਨਤ ਸਾਰੇ ਕੰਮ ਦੇ ਵਿੱਚ ਤੁਹਾਨੂੰ ਆਪਣੇ ਪੂਰੇ ਦਿਲ ਤੋਂ ਕਰਨੀ ਪੈਣੀ ਹੈ, ਫਿਰ ਹੀ ਸੱਚੀ ਨੀਤ ਨਾਲ ਮਿਹਨਤ ਕੀਤੀ ਥੋੜ੍ਹਾ ਰੰਗ ਲਿਆਉਂਦੀ ਹੈ। ਵਿੱਚ ਅੜਚਣਾਂ ਵੀ ਬਹੁਤ ਆਉਂਦੀਆਂ ਨੇ, ਘਬਰਾਉਣਾ ਨਹੀਂ ਚਾਹੀਦਾ, ਲੱਗੇ ਰਹਿਣਾ ਚਾਹੀਦਾ ਆਪਾਂ ਨੂੰ, ਪੂਰਾ ਧਿਆਨ ਦੇ ਨਾਲ ਫੋਕਸ ਗੇਮ ਦੇ ਵਿੱਚ। ਇੱਦਾਂ ਵੀ ਦੋਸਤ ਮਿੱਤਰ ਬਹੁਤ ਤੁਹਾਡੇ ਲਿਮਿਟਡ ਹੋਣੇ ਚਾਹੀਦੇ ਨੇ, ਜਦੋਂ ਤੁਹਾਡਾ ਖਿਲਾਰਾ ਵੱਧ ਹੁੰਦਾ ਤਾਂ ਤੁਸੀਂ ਥੋੜ੍ਹਾ ਕਿਤੇ ਨਾ ਕਿਤੇ ਗੇਮ ਤੋਂ ਵੀ ਫੋਕਸ ਹਿੱਲਦਾ, ਇਹ ਚੀਜ਼ਾਂ ਬਹੁਤ ਕਾਊਂਟ ਕਰਦੀਆਂ। ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ, ਮੈਂ ਹਾਂ ਅਨੁਰਾਗ ਸ਼ਰਮਾ। ਦੇਸ਼ ਦਾ ਮਾਣ ਉਦੋਂ ਵੱਧ ਜਾਂਦਾ ਜਦੋਂ ਗੋਲਡ ਹੀ ਗੋਲਡ ਦੇਸ਼ ਨੂੰ ਮਿਲਦੇ ਆ। ਮੈਂ ਗੱਲ ਕਰ ਰਿਹਾ ਏਸ਼ੀਆਈ ਗੇਮਾਂ ਦੀ, ਜਿਨ੍ਹਾਂ ਦੇ ਵਿੱਚ ਭਾਰਤ ਦੇਸ਼ ਨੇ ਗੋਲਡ ਮੈਡਲਾਂ ਦੀ ਝੜੀ ਲਾ ਦਿੱਤੀ ਹੈ। ਇਹ ਇਤਿਹਾਸ ਦੇ ਵਿੱਚ ਕਹਿ ਲਈਏ ਕਿ ਕਦੇ ਕਦੇ ਦੇਖਣ ਨੂੰ ਮਿਲਦਾ, ਪਰ ਹੁਣ ਦੇਸ਼ ਦੇ ਵਿੱਚ ਜਿਹੜੇ ਪਲੇਅਰ ਨੇ ਉਹ ਇਸ ਤਰ੍ਹਾਂ ਖੇਡ ਰਹੇ ਨੇ, ਮੰਨੋ ਕਿ ਗੋਲਡ ਹੁਣ ਰੋਜ਼ ਦਾ ਕੰਮ ਹੋਜੂਗਾ। ਸੋ ਪੰਜਾਬ ਦੇ ਵਿੱਚ ਜਿਹੜੇ ਗੋਲਡ ਮੈਡਲ ਆ ਰਹੇ ਨੇ, ਇਹ ਪੰਜਾਬ ਵਾਸੀਆਂ ਲਈ ਬੜੀ ਖੁਸ਼ੀ ਦੀ ਗੱਲ ਹੈ। ਔਰ ਜਿਹੜੇ ਪਲੇਅਰ ਆਪਣੀ ਪੂਰੀ ਮਿਹਨਤ ਕਰਕੇ, ਹਿੰਮਤ ਕਰਕੇ ਇਹ ਗੋਲਡ ਜਿੱਤ ਕੇ ਲਿਆ ਰਹੇ ਹੈ, ਉਹ ਸਾਡੇ ਦੇਸ਼ ਦਾ ਮਾਣ ਉੱਚਾ ਕਰ ਰਹੇ ਨੇ। ਪੰਜਾਬ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਵੀ ਵੱਖ ਵੱਖ ਉਪਰਾਲੇ ਕੀਤੇ ਜਾ ਰਹੇ ਹੈ। ਹਰੇਕ ਸਰਕਾਰ ਇਹ ਸੋਚਦੀ ਹੈ ਕਿ ਉਸਦੇ ਜਿਹੜਾ ਸਟੇਟ ਹੈਗੀ ਉਸ ਦੇ ਵਿੱਚ ਗੋਲਡ ਜਿੰਨੇ ਆਣ, ਉਹਨਾਂ ਦੇਸ਼ ਦਾ ਮਾਣ ਵੱਧਦਾ। ਸੋ ਸਾਡੇ ਨਾਲ ਇਸ ਵਕਤ ਤੂਰ ਸਾਹਿਬ ਮੌਜੂਦ ਨੇ, ਜਿਨ੍ਹਾਂ ਨੇ ਗੋਲਡ ਮੈਡਲ ਜਿੱਤ ਕੇ ਦੇਸ਼ ਦਾ ਨਾਂ ਕੀਤਾ, ਰੋਸ਼ਨ, ਅਤੇ ਗੱਲਬਾਤ ਉਹਨਾਂ ਦੇ ਨਾਲ ਕਰ ਲੈਂਦੇ ਹਾਂ। ਬਾਈ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ। ਬਾਈ ਜੀ ਥੈਂਕ ਯੂ ਸੋ ਮੱਚ, ਡੇਲੀ ਪੋਸਟ ਦੇਖਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ। ਜਿਸ ਤਰ੍ਹਾਂ ਤੁਸੀਂ ਮਾਣ ਵਧਾਈ ਦਿੱਤਾ, ਹੁਣ ਸਾਰੇ ਪਾਸੇ ਤੁਹਾਡੀ ਬੱਲੇ ਬੱਲੇ ਚੱਲ ਰਹੀ ਹੈ। ਏਅਰਪੋਰਟ ਤੋਂ ਹੀ ਲੋਕ ਸ਼ੁਰੂ ਹੋ ਗਏ ਸੀ ਫੁੱਲਾਂ ਦੇ ਹਾਰ ਪਾਉਣੇ, ਘਰ ਪਹੁੰਚੇ ਹੋ, ਘਰ ਵੀ ਸਾਹ ਨਹੀਂ ਮਿਲ ਰਿਹਾ ਫੁੱਲਾਂ ਦਾ, ਢੋਲ ਧਮਾਕੇ, ਖੁਸ਼ੀ ਹੁੰਦੀ ਹੈ। ਤੁਹਾਨੂੰ ਕਿੰਨੀ ਕੁ ਖੁਸ਼ੀ ਹੋ ਰਹੀ ਹੈ? ਜੀ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ, ਮੈਂ ਆਪਣੇ ਪੰਜਾਬ ਵਾਸਤੇ, ਆਪਣੇ ਇੰਡੀਆ ਵਾਸਤੇ ਮੈਡਲ ਜਿੱਤ ਗਿਆ ਹਾਂ, ਕਿਉਂਕਿ ਇਹ ਕੰਪਟੀਸ਼ਨ ਤੋਂ ਪਹਿਲਾਂ ਬੜੀਆਂ ਚੁਣੌਤੀਆਂ ਸੀ ਮੇਰੇ ਵਾਸਤੇ। ਮੇਰੀ ਇੰਜਰੀ ਸੀਗੀ, ਗ੍ਰੇਡ 3 ਟੀਅਰ ਸੀਗਾ ਗਰੋਇਨ ਮਸਲ, ਮੈਨੂੰ ਲੱਗ ਰਿਹਾ ਇੱਕ ਟਾਈਮ 'ਤੇ ਵੀ ਮੈਂ ਏਸ਼ੀਅਨ ਗੇਮਸ ਪਾਰਟੀਸਪੇਟ ਵੀ ਨਹੀਂ ਕਰ ਪਾਊਂਗਾ, ਪਰ ਬਾਬੇ ਦੀ ਮਿਹਰ ਦੇ ਨਾਲ ਸਾਰਾ ਸਮੇਂ ਦੇ ਨਾਲ ਸੈੱਟ ਹੋ ਗਿਆ ਅਤੇ ਮੈਂ ਆਪਣੇ ਦੇਸ਼ ਲਈ ਮੈਡਲ ਜਿੱਤਿਆ। ਜਦੋਂ ਇੰਜਰੀ ਦੀ ਗੱਲ ਆਈ ਉਦੋਂ ਤੁਸੀਂ ਇਕੱਲੇ ਚਿੰਤਤ ਨਹੀਂ ਸੀ, ਬਲਕਿ ਤੁਹਾਨੂੰ ਚਾਹਣ ਵਾਲੇ ਵੀ ਬੜੇ ਚਿੰਤਤ ਸੀ ਵੀ ਇੱਕ ਪਾਸੇ ਐਡਾ ਵੱਡਾ ਜਿਹੜਾ ਇੰਜਰੀ ਵਰਗੀ ਪ੍ਰੋਬਲਮ ਹੈ, ਫਿਰ ਮੁਕਾਬਲਾ ਬੜਾ ਸਖਤ ਹੋ ਗਿਆ ਸੀ, ਫਿਰ ਉਦੋਂ ਤੁਹਾਡੇ ਮਨ 'ਚ ਟੈਨਸ਼ਨ ਸੀ ਕਿਤੇ? ਹਾਂ ਜੀ ਮੈਨੂੰ ਲੱਗ ਰਿਹਾ ਸੀ, ਕਿਉਂਕਿ ਜਦੋਂ ਮੈਂ ਥਰੋ ਕਰਦਾ ਸੀਗਾ ਤਾਂ ਮੇਰੀ ਇੱਕੋ ਪੋਜੀਸ਼ਨ ਦੇ ਵਿੱਚ ਬਹੁਤ ਜ਼ਿਆਦਾ ਦਰਦ ਹੁੰਦਾ ਸੀ ਅਤੇ ਥਰੋ ਨਹੀਂ ਮੈਂ ਕਰ ਪਾਉਂਦਾ ਸੀਗਾ, ਅਤੇ ਮਤਲਬ ਮੈਨੂੰ 1.5 ਮਹੀਨਾ ਥਰੋਵਾਂ ਬੰਦ ਕਰਨੀਆਂ ਪਈਆਂ, ਅਤੇ ਜਿੰਨਾ ਵੀ ਲੋਅਰ ਬੋਡੀ ਦਾ ਵਰਕ ਸੀ ਜਿੱਦਾਂ ਰਨਿੰਗ ਸੀ, ਸਪਰਿੰਟਿੰਗ, ਜੰਪਿੰਗ, ਸਭ ਕੁਝ ਬੰਦ ਕਰਨਾ ਪਿਆ। ਸਿਰਫ ਮੈਂ ਏਸ਼ੀਅਨ ਗੇਮਾਂ ਜਾਣ ਤੋਂ 4 ਸੈਸ਼ਨ ਪਹਿਲਾਂ ਹੀ ਥਰੋਵਾਂ ਲਾਈਆਂ ਅਤੇ ਜਿੰਨਾ ਸਦਕਾ ਮੈਡਲ ਆਇਆ। ਹੁਣ ਤਾਂ ਕਾਫੀ ਮੈਡਲ ਤੁਹਾਡੀ ਝੋਲੀ ਦੇ ਵਿੱਚ ਨੇ, ਤੁਹਾਡੇ ਨਾਂ ਤੇ ਬੋਲਦੇ ਆ। ਜਦੋਂ ਸ਼ੁਰੂਆਤ ਹੋਈ ਸੀ, ਪਹਿਲਾ ਦਿਨ ਸੀ ਜਦੋਂ ਸੋਚਿਆ ਸੀ ਵੀ ਆਪਾਂ ਕੁਝ ਕਰਨਾ ਦੇਸ਼ ਲਈ, ਉਦੋਂ ਕੀ ਫੀਲ ਸੀ ਕਿ ਮੈਂ ਇਹੀ ਗੇਮ ਲੈਣੀ ਹੈ, ਕਿਉਂਕਿ ਬੜਾ ਜ਼ੋਰ ਵਾਲਾ ਕੰਮ ਹੈ, ਗੋਲਾ ਸੱਟਣਾ ਬੜਾ ਔਖਾ ਕੰਮ ਹੈ, ਉਦੋਂ ਕਿਹਾ ਨਹੀਂ ਕਿਸੇ ਨੇ ਵੀ ਯਾਰ ਇਹ ਤਾਂ ਬਹੁਤ ਔਖਾ ਕੰਮ ਹੈ, ਜਾਂ ਤੁਹਾਡੇ ਮਨ 'ਚ ਪਹਿਲਾਂ ਤੋਂ ਹੀ ਸੀ? ਨਹੀਂ ਜੀ, ਮੈਂ ਜਦੋਂ ਪਹਿਲੇ ਦਿਨ ਗਰਾਊਂਡ ਗਿਆ ਸੀਗਾ, ਮੇਰੇ ਚਾਚਾ ਜੀ ਗੁਰਦੇਵ ਸਿੰਘ ਉਹਨਾਂ ਕੋਲ ਮੈਂ ਟ੍ਰੇਨਿੰਗ ਕਰਦਾ ਸੀ ਪਹਿਲਾਂ ਹੀ, ਅਤੇ ਮੈਂ ਪਹਿਲੇ ਦਿਨ ਹੀ ਮਤਲਬ ਵਧੀਆ ਜਿਹੜੇ ਮੁੰਡੇ ਪਹਿਲਾਂ ਸੈੱਟ ਰਹੇ ਸੀਗੇ
ਅਤੇ ਉਹਨਾਂ ਤੋਂ ਮੈਂ ਪਹਿਲਾਂ ਹੀ ਦੇਣੀ ਅੱਧਾ ਅੱਧਾ ਮੀਟਰ ਅੱਗੇ ਥਰੋ ਮਾਰਤੀ ਸੀ ਅਤੇ ਉਹ ਚਾਚਾ ਜੀ ਕਹਿੰਦੇ ਵੀ ਤੂੰ ਹੁਣ ਸ਼ਾਰਟਪੁੱਟ ਦੇ ਵਿੱਚ ਹੀ ਆ ਜਾ ਇੱਧਰ ਜੀ। ਸੋ ਵੈਸੇ ਤਾਂ ਮਾਣ ਵਾਲੀ ਗੱਲ ਹੁੰਦੀ ਹੈ ਜਦੋਂ ਆਪਣੇ ਦੇਸ਼ ਦਾ ਨਾਂ ਵੱਧਦਾ, ਗੌਰਵ ਵੱਧਦਾ ਔਰ ਲੋਕ ਤੁਹਾਨੂੰ ਅੱਜ ਜਿਸ ਤਰ੍ਹਾਂ ਕਿ ਏਅਰਪੋਰਟ ਤੋਂ ਹੀ ਸ਼ੁਰੂ ਹੋ ਗਏ ਸੀ, ਉਹ ਵੀ ਇੱਕ ਫੀਲ ਹੁੰਦਾ, ਪਰ ਅੰਦਰ ਇੱਕ ਤਰ੍ਹਾਂ ਕਿ ਜਜ਼ਬਾ ਰਹਿੰਦਾ ਵੀ ਮੈਂ ਅੱਗੇ ਵੀ ਕੁਛ ਕਰਨਾ। ਅੱਗੇ ਦਾ ਹੁਣ ਕੀ ਸੋਚ ਰਹੇ ਹੋ? ਅੱਗੇ ਦਾ ਹੁਣ ਤਾਂ ਮੈਂ 20-25 ਦਿਨ ਤਾਂ ਮੈਂ ਬ੍ਰੇਕ ਲਊਂਗਾ ਜੀ ਟ੍ਰੇਨਿੰਗ ਤੋਂ, ਕਿਉਂਕਿ ਰਿਫਰੈਸ਼ ਹੋਣਾ ਮਾਇੰਡ ਬਹੁਤ ਜ਼ਰੂਰੀ ਹੈ, ਤੁਸੀਂ ਫਿਰ ਹੀ ਵਧੀਆ ਤਰੀਕੇ ਨਾਲ ਅਗਲਾ ਕੰਮ ਕਰ ਪਾਓਗੇ। ਅਤੇ ਮੈਂ 25 ਅਕਤੂਬਰ ਤੋਂ ਫਿਰ ਟ੍ਰੇਨਿੰਗ ਸਟਾਰਟ ਕਰ ਦੂੰਗਾ ਅਤੇ ਅਗਲਾ ਫੋਕਸ ਮੇਰਾ ਪੈਰਿਸ ਓਲੰਪਿਕ ਆ, ਵਾਹਿਗੁਰੂ ਮਿਹਰ ਕਰੇ, ਕਿਉਂਕਿ ਮੈਂ ਵਰਲਡ ਲੈਵਲ 'ਤੇ ਜੋ ਮੈਂ ਪਰਫੋਰਮ ਮੈਂ ਕਰ ਰਿਹਾ ਪ੍ਰੈਕਟਿਸ 'ਚ, ਉਹ ਉੱਥੇ ਨਹੀਂ ਇੰਜਰੀ ਕਰਕੇ ਕਰ ਨਹੀਂ ਪਾਉਂਦਾ। ਐਰਕੀ ਵਰਲਡ ਚੈਂਪੀਅਨਸ਼ਿਪ ਜਾਣਾ ਸੀ, ਗਰੋਇਨ ਕਰਕੇ ਮੈਨੂੰ ਉਹ ਸਕਿਪ ਕਰਨੀ ਪਈ। ਮੇਰਾ ਇਹੀ ਟਾਰਗੇਟ ਆ, ਬਾਬਾ ਮਿਹਰ ਕਰੇ ਕੋਈ ਅਗਲੇ ਸਾਲ ਇੰਜਰੀ ਨਾ ਆਵੇ, ਮੈਂ ਤੰਦਰੁਸਤੀ ਨਾਲ ਗੇਮ ਕਰਾਂ, ਵੀ ਇੰਡੀਆ ਦਾ ਨਾਂ ਓਲੰਪਿਕ ਦੇ ਵਿੱਚ ਵਿੱਚ ਕਰਾਂ। ਜ਼ਰੂਰ ਕਰੋਂਗੇ ਜੀ, ਕਿਉਂਕਿ ਹਜ਼ਾਰਾਂ ਲੱਖਾਂ ਨੌਜਵਾਨ ਤੁਹਾਨੂੰ ਇਸ ਵਕਤ ਦੇਖ ਰਿਹਾ, ਉਹ ਚਾਹ ਰਿਹਾ ਔਰ ਤੁਹਾਡੇ 'ਤੇ ਉਮੀਦ ਹੈ। ਨੌਜਵਾਨ ਸਾਡਾ ਜਿਹੜਾ ਅੱਜ ਪੰਜਾਬ ਦਾ ਕਹਿ ਲਈਏ ਖਾਸ ਤੌਰ 'ਤੇ, ਲੋਕ ਕਲੰਕਿਤ ਜਿਹਾ ਕਰਦੇ ਜਾ ਰਹੇ ਆ ਉਸਨੂੰ, ਜਦੋਂ ਸਾਡੇ ਪੰਜਾਬ ਦੇ ਨੌਜਵਾਨ ਦੀ ਗੱਲ ਆਉਂਦੀ ਹੈ ਤਾਂ ਕਿਤੇ ਨਾ ਕਿਤੇ ਨਸ਼ੇ ਦੀ ਗੱਲ ਜ਼ਰੂਰ ਛੇੜ ਦਿੰਦੇ ਆ, ਪਰ ਤੁਹਾਡੇ ਵਰਗੇ ਵੀ ਨੌਜਵਾਨ ਨੇ, ਤੁਸੀਂ ਉਹ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਅੱਜ ਵੀ ਇਸ ਨਸ਼ੇ ਵਰਗੀ ਦਲਦਲ ਦੇ ਵਿੱਚ ਧੱਸ ਰਹੇ ਆ? ਐਕਚੁਅਲ 'ਚ ਭਾਅ ਜੀ ਗੱਲ ਇੱਦਾਂ ਹੀ, ਨਸ਼ਾ ਜਿੱਥੇ ਮਰਜ਼ੀ ਚੱਲ ਜਾਈਏ ਆਪਾਂ USA ਵੀ ਚੱਲ ਜਾਈਏ, ਕੈਨੇਡਾ ਚੱਲ ਜਾਈਏ, ਨਸ਼ਾ ਹਰ ਜਗ੍ਹਾ ਵਾ, ਉਹ ਤੁਸੀਂ ਚੂਜ਼ ਕਰਨੀ ਆ ਵੀ ਕਿੱਦਾਂ ਦੀ ਸੰਗਤ ਦਾ ਤੁਸੀਂ ਵਿੱਚ, ਚੰਗੀ ਸੰਗਤ ਦਾ ਅਸਰ ਆ ਜਾਂ ਤੁਸੀਂ ਮਾੜੀ ਸੰਗਤ ਦੇ ਵਿੱਚ ਰਹਿੰਦੇ ਹੋ। ਅਤੇ ਮੈਨੂੰ, ਮੈਂ ਇਹੀ ਯੂਥ ਨੂੰ ਵੀ ਇਹੀ ਪ੍ਰੇਰਿਤ ਕਰਨਾ ਚਾਹੁੰਦਾ ਵੀ ਜਿਹੜਾ ਤੁਹਾਨੂੰ ਕੋਈ ਗਲਤ ਕੰਮ ਵਿੱਚ ਲੈ ਕੇ ਜਾਣ ਦੀ ਕੋਸ਼ਿਸ਼ ਕਰਦਾ, ਤੁਹਾਨੂੰ ਉਹਦਾ ਸਾਥ ਉਸੇ ਟਾਈਮ 'ਤੇ ਛੱਡ ਦੇਣਾ ਚਾਹੀਦਾ, ਕਿਉਂਕਿ ਉਹ ਤੁਹਾਡਾ ਫਿਊਚਰ ਨਾਲ ਖਿਲਵਾੜ ਕਰ ਰਿਹਾ, ਤੁਹਾਡੇ ਮਾਂ ਪਿਓ ਦੇ ਸੁਪਨਿਆਂ 'ਤੇ ਪਾਣੀ ਫੇਰ ਰਿਹਾ। ਅਤੇ ਜ਼ਿਆਦਾ ਤੋਂ ਜ਼ਿਆਦਾ ਗਰਾਊਂਡ ਜਾਣਾ ਚਾਹੀਦਾ, ਕੋਈ ਗੇਮ ਚੂਜ਼ ਕਰਕੇ ਉੱਤੇ 5-7 ਸਾਲ ਲਾ ਕੇ ਆਪਣੇ ਦੇਸ਼ ਲਈ ਮੈਡਲ ਜਿੱਤਣਾ ਚਾਹੀਦਾ। 48 ਕਹਿ ਲਈਏ ਖਿਡਾਰੀ ਗਏ ਸੀ, ਉਹਨਾਂ 'ਚੋਂ 33 ਖਿਡਾਰੀਆਂ ਨੇ ਝੋਲੀ ਦੇ ਵਿੱਚ ਮੈਡਲ ਪਾਏ ਨੇ, ਮਤਲਬ ਵੱਡੀ ਗੱਲ ਹੈ। ਅੱਗੇ ਇਸ ਤੋਂ ਪਹਿਲਾਂ ਦੀ ਜੇਕਰ ਗੱਲ ਕਰ ਲਈਏ, ਕਹਿੰਦੇ ਸਾਡਾ ਗਵਾਂਢੀ ਸੂਬਾ ਸਾਡੇ ਤੋਂ ਅੱਗੇ ਨਿਕਲਦਾ ਜਾ ਰਿਹਾ, ਅਸੀਂ ਸਪੋਰਟਸ ਦੇ ਵਿੱਚ ਪਿੱਛੇ ਜਾ ਰਹੇ ਹਾਂ, ਪਰ ਹੁਣ ਤੁਹਾਡੇ ਵਰਗੇ ਪਲੇਅਰ ਨਿਕਲ ਰਹੇ ਹੈ, ਮੈਡਲ ਆ ਰਹੇ ਹੈ, ਗੋਲਡ ਮੈਡਲ ਆ ਰਹੇ ਹੈ, ਸਿਲਵਰ ਆ ਰਹੇ ਹੈ, ਸਾਡੇ ਪਟਿਆਲੇ ਨੂੰ ਮਾਣ ਹੈ ਕਿ ਤੁਸੀਂ ਵੀ ਇੱਥੇ ਹੋ ਅਤੇ ਮੈਡਮ ਜਿਹੜੇ ਸਿਲਵਰ ਲਿਆਏ ਉਹ ਵੀ ਇੱਥੇ ਹੀ ਨੇ। ਸੋ ਇਸ ਦੇ ਨਾਲ ਨਾਲ ਜੇਕਰ ਗੱਲ ਕਰ ਲਈਏ, ਸਰਕਾਰ ਦਾ ਅਹਿਮ ਰੋਲ ਹੁੰਦਾ, ਸਰਕਾਰ ਕਿੰਨੀ ਕੁ ਸਪੋਰਟ ਹੁਣ ਕਰ ਰਹੀ ਹੈ ਪਲੇਅਰ ਨੂੰ ਖਾਸ ਤੌਰ 'ਤੇ? ਸਰਕਾਰ ਨੇ ਪਹਿਲੀ ਵਾਰ ਹੋਇਆ ਸੀ ਸਾਨੂੰ ਏਸ਼ੀਅਨ ਗੇਮਸ ਦਾ ਪਾਰਟੀਸਪੇਸ਼ਨ ਦਾ 8 ਲੱਖ ਰੁਪਈਆ ਉਹਨਾਂ ਨੇ ਤਿਆਰੀ ਵਾਸਤੇ ਦਿੱਤਾ ਸੀ, ਅਤੇ ਅੱਗੇ ਵੀ ਅਸੀਂ ਉਹਨਾਂ ਤੋਂ ਵਧੀਆ ਆਸ ਕਰਦੇ ਹਾਂ ਵੀ ਕੈਸ਼ ਅਵਾਰਡ ਨੂੰ ਲੈ ਕੇ ਜਿੱਦਾਂ ਹਰਿਆਣਾ, UP, ਚੰਡੀਗੜ੍ਹ, ਉੜੀਸਾ ਉਹ ਗੋਲਡ ਦਾ 3 ਕਰੋੜ ਰੁਪਈਆ ਦੇ ਰਿਹਾ ਸੀ। ਮੈਂ ਭਗਵੰਤ ਮਾਨ ਸਰਕਾਰ ਤੋਂ ਇਹੀ ਬੇਨਤੀ ਕਰਦਾ ਸੀ, ਕਿਉਂਕਿ ਹੁਣ ਅਸੀਂ ਉੱਥੇ ਬੈਠੇ ਸੀਗੇ, ਡਿਨਰ ਕਰ ਰਹੇ ਸੀਗੇ ਚਾਈਨਾ ਦੇ ਵਿੱਚ, ਇੱਕ UP ਦੀ ਲੜਕੀ ਸੀ ਕਿਰਨ ਬਲਿਆਣ, ਉਹਨੇ ਬ੍ਰੌਂਜ਼ ਮੈਡਲ ਜਿੱਤਿਆ ਸੀ, ਅਤੇ ਉਹਨੇ ਮੈਨੂੰ ਟੌਂਟ ਮਾਰਿਆ, ਕਹਿੰਦੀ ਬਈਆ ਮੇਰਾ ਗੋਲਡ, ਮੇਰਾ ਬ੍ਰੌਂਜ਼ ਔਰ ਤੁਹਾਡਾ ਗੋਲਡ ਇੱਕ ਬਰਾਬਰ ਹੈ, ਮੈਂ ਉਹ ਕੈਸੇ ਕਹਤੇ ਆਪਕੋ ਵੀ 1 ਕਰੋੜ ਮਿਲਣਾ ਹੈ, ਮੈਂ ਵੀ 1 ਕਰੋੜ ਮਿਲਣਾ। ਚਲੋ ਉੱਥੇ ਕਿਤੇ ਨਾ ਕਿਤੇ ਬੰਦਾ ਥੋੜ੍ਹਾ ਜਿਹਾ ਨਾ ਸੋਚਣ ਲਈ, ਹਾਂ ਸੋਚਣ ਲਈ, ਇੱਕੋ ਪਲੇਟਫਾਰਮ ਤੇ ਪਰਫਾਰਮ ਕਰ ਰਹੇ ਹਾਂ, ਉਹੀ ਮੰਚ ਉੱਥੇ ਉਹ ਪਰਫਾਰਮ ਕਰ ਰਹੇ, ਉੱਥੇ ਅਸੀਂ ਕਰ ਰਹੇ ਹਾਂ, ਅਤੇ ਮੈਨੂੰ ਲੱਗਦਾ ਹਾਂਜੀ ਹਾਂਜੀ ਸਰਕਾਰ ਨੂੰ ਸੋਚਣਾ ਚਾਹੀਦਾ ਵੀ ਇਸ ਬਾਰੇ। ਬਿਲਕੁਲ ਜੀ, ਸਰਕਾਰ ਨੂੰ ਜ਼ਰੂਰ ਸੋਚਣਾ ਚਾਹੀਦਾ ਕਿ ਇਸ ਤਰ੍ਹਾਂ ਦੀ ਦੁਆਰਾ ਕਦੇ ਸਿਚੁਏਸ਼ਨ ਨਾ ਆਏ ਕਿ ਬੰਦਾ ਕਹੇ ਬ੍ਰਾਊਨਸ ਵਾਲਾ ਵੀ ਸੇਮ ਥਾਂ ਦੇ ਉੱਤੇ ਆ। ਇੱਕ ਮੈਡਲ ਲੈਣ ਲਈ ਜੀ ਜਾਨ ਲੱਗਦਾ, ਬੜੀ ਮਿਹਨਤ ਲੱਗਦੀ ਹੈ, ਕਈ ਸਾਲਾਂ ਦੀ ਤਪੱਸਿਆ ਲੱਗ ਜਾਂਦੀ ਹੈ। ਪਲੇਅਰ ਚਾਹੇ ਉਹ ਟੁੱਟਿਆ ਵੀ ਹੋਵੇ ਫਿਰ ਵੀ ਉਹ ਗੇਮ ਲੜਦਾ, ਉਦੋਂ ਤੱਕ ਗੇਮ ਖੇਡਦਾ ਜਦ ਤੱਕ ਉਹਦੇ ਅੰਦਰ ਇੱਕ ਵੀ ਸਾਹ ਰਹਿ ਜਾਂਦਾ। ਇਹੀ ਸਵਾਲ ਮੈਂ ਤੁਹਾਡੇ ਤੋਂ ਕਰਦਾ, ਕਿੰਨੀ ਕੁ ਮਿਹਨਤ ਲੱਗ ਜਾਂਦੀ ਹੈ ਜੀ ਇਸ ਪੋਜੀਸ਼ਨ ਤੇ ਪਹੁੰਚਣ ਤੇ? ਨਹੀਂ, ਮਿਹਨਤ ਭਾਅ ਜੀ ਕੋਈ ਵੀ ਕੰਮ ਆ, ਹੁਣ ਤੁਸੀਂ ਮੇਰਾ ਇੰਟਰਵਿਊ ਲੈਣ ਆਏ ਹੋ, ਇਹਦੇ ਵਿੱਚ ਵੀ ਮਿਹਨਤ ਆਈ, ਮਿਹਨਤ ਸਾਰੇ ਕੰਮ ਦੇ ਵਿੱਚ ਤੁਹਾਨੂੰ ਆਪਣੇ ਪੂਰੇ ਦਿਲ ਤੋਂ ਕਰਨੀ ਪੈਣੀ ਹੈ, ਫਿਰ ਹੀ ਸੱਚੀ ਨੀਤ ਨਾਲ ਮਿਹਨਤ ਕੀਤੀ ਥੋੜਾ ਰੰਗ ਲਿਆਉਂਦੀ ਹੈ, ਵਿੱਚ ਅੜਚਣਾ ਵੀ ਬਹੁਤ ਆਉਂਦੀਆਂ ਨੇ, ਘਬਰਾਉਣਾ ਨਹੀਂ ਚਾਹੀਦਾ, ਲੱਗੇ ਰਹਿਣਾ ਚਾਹੀਦਾ ਆਪਾਂ ਨੂੰ, ਪੂਰਾ ਧਿਆਨ ਦੇ ਨਾਲ ਫੋਕਸ ਕਰਕੇ
ਇਹ ਗੇਮ ਦੇ ਵਿੱਚ ਇੱਦਾਂ ਵੀ ਦੋਸਤ ਮਿੱਤਰ ਬਹੁਤ ਤੁਹਾਡੇ ਲਿਮਿਟਡ ਹੋਣੇ ਚਾਹੀਦੇ ਨੇ। ਜਦੋਂ ਤੁਹਾਡਾ ਖਿਲਾਰਾ ਵੱਧ ਹੁੰਦਾ ਤਾਂ ਤੁਸੀਂ ਤੁਹਾਡਾ ਕਿਤੇ ਨਾ ਕਿਤੇ ਗੇਮ ਤੋਂ ਵੀ ਫੋਕਸ ਹਿੱਲਦਾ। ਇਹ ਚੀਜ਼ਾਂ ਬਹੁਤ ਕਾਊਂਟ ਕਰਦੀਆਂ ਨੇ। ਪਰਿਵਾਰ ਦੀ ਕਿੰਨੇ ਕੁ ਸਪੋਰਟ ਰਹੀ ਤੁਹਾਨੂੰ? ਫੈਮਿਲੀ ਦੀ ਸਪੋਰਟ ਕਰਕੇ ਆਪਾਂ ਪਹੁੰਚੇ ਜੀ। ਫੈਮਿਲੀ ਸਪੋਰਟ ਤੋਂ ਬਿਨਾਂ ਤਾਂ ਬੰਦਾ ਕੁਛ ਵੀ ਨਹੀਂ ਕਰ ਸਕਦਾ। ਮਤਲਬ ਕਈ ਮਾਂ ਬਾਪ ਨਾ ਬੱਚੇ ਨੂੰ ਕਹਿੰਦੇ ਤੂੰ ਪੜ੍ਹ, ਸਿਰਫ ਪੜ੍ਹਾਈ ਵੱਲ ਧਿਆਨ ਦੇ, ਜੇਕਰ ਬੱਚਾ ਕਿਸੇ ਗੇਮ 'ਚ ਅੱਛਾ ਵੀ ਹੁੰਦਾ ਉਹ ਫਿਰ ਵੀ ਉਹਨੂੰ ਖਿੱਚ ਕੇ ਲਿਆਉਂਦੇ ਆ ਵੀ ਤੂੰ ਕਿਤਾਬਾਂ ਦੇ ਵਿੱਚ ਵੜ ਜਾ, ਇਹ ਠੀਕ ਹੈ? ਨਹੀਂ, ਮੇਰੇ ਬਹੁਤ ਕੁੱਟ ਪੈਂਦੀ ਰਹੀ ਹੈ, ਪਰ ਆਪਣੇ ਉਹ ਪੜ੍ਹਾਈ ਵਾਲਾ ਕੰਮ ਲਿਖਿਆ ਹੀ ਨਹੀਂ ਸੀਗਾ ਜੀ। ਜ਼ਰੂਰੀ ਨਹੀਂ ਵੀ ਹਰ ਬੰਦਾ ਪੜ੍ਹ ਕੇ ਆਈਪੀਐਸ ਹੀ ਬਣੇ। ਹੁਣ ਅਸੀਂ, ਮੈਂ ਗੋਲਡ ਮੈਡਲ ਲਿਆ ਪਿਛਲੇ ਸਾਲ, ਸੋਰੀ ਪਿਛਲੀ ਏਸ਼ੀਅਨ ਗੇਮ 'ਚ ਲਿਆ ਜੀ, ਮੈਨੂੰ ਡਾਇਰੈਕਟ ਡੀਐਸਪੀ ਆਫਰ ਹੋਇਆ, ਮੈਨੂੰ ਲੱਗਦਾ ਹੁਣ ਦੇ ਦੇਣਗੇ। ਮਤਲਬ ਹਰ ਇੱਕ ਬੰਦੇ ਦੀ ਜਿਹੜੀ ਲਾਈਨ ਅੱਡ ਹੁੰਦੀ ਆ ਉਹ ਬੰਦੇ ਨੂੰ ਪਰ ਵੇਖਣਾ ਪੈਂਦਾ ਵੀ ਮੈਂ ਕਿਹਦੇ ਲਈ ਪਰਫੈਕਟ ਹਾਂ ਜੀ। ਮਤਲਬ ਜਿਹੜੀ ਚੀਜ਼ ਦੇ ਵਿੱਚ ਬੱਚੇ ਦਾ ਇੰਟਰਸਟ ਹੋਵੇ, ਜਿਹਦੇ 'ਚ ਉਹ ਪਰਫੈਕਟ ਹੋਣਾ ਚਾਹੁੰਦਾ ਹੋਵੇ ਜਾਂ ਹੈ, ਉਸ ਦੇ ਵਿੱਚ ਉਸਨੂੰ ਅੱਗੇ ਫਾਰਵਰਡ ਕਰਨਾ ਚਾਹੀਦਾ। ਸੋ ਸਾਡੇ ਯੂਥ ਲਈ ਵੀ ਬਹੁਤ ਅੱਛੀ ਤੁਸੀਂ ਪ੍ਰੇਰਨਾਦਾਇਕ ਹੋ, ਕਿਉਂਕਿ ਯੂਥ ਤੁਹਾਡੇ ਤੋਂ ਮੋਟੀਵੇਟ ਹੋ ਸਕਦਾ ਕਿ ਛੋਟੀ ਮੋਟੀ ਗੱਲ ਤੋਂ ਡਰਨਾ ਨਹੀਂ ਚਾਹੀਦਾ। ਤੁਸੀਂ ਇੰਜਰਡ ਸੀਗੇ, ਉਸ ਤੋਂ ਬਾਅਦ ਵੀ ਤੁਸੀਂ ਲੜਨ ਲਈ ਤਿਆਰ ਸੀ, ਬੜਾ ਜ਼ੋਰ ਲੱਗਦਾ ਫਿਰ ਉਸ ਲੈਵਲ ਦੇ ਉੱਤੇ ਜਾ ਕੇ। ਕਿੱਡਾ ਕੁ ਔਖਾ ਮੁਕਾਬਲਾ ਸੀ ਜੀ? ਮੁਕਾਬਲਾ ਪੂਰਾ ਫਾਈਟ ਦਾ ਸੀਗਾ ਜੀ, ਮੁੰਡਾ ਬਹਿਰੀਨ ਦਾ ਸੀਗਾ, ਉਹ ਵੀ ਵਧੀਆ ਕਰ ਰਿਹਾ ਜੀ, ਮੁੰਡਾ ਸਾਊਦੀ ਅਰੇਬੀਆ ਦਾ, ਤੁਸੀਂ ਦੇਖਿਆ ਨਾ ਚੌਥੀ ਥਰੋ ਤੋਂ ਮੇਰੇ ਤੋਂ ਅੱਗੇ ਹੋ ਗਿਆ ਜੀ, ਤੇ ਬਹੁਤ ਵਧੀਆ ਸੀਗਾ। ਐਕਚੁਅਲ 'ਚ ਮੇਰੀਆਂ ਜਿਹੜੀਆਂ ਦੋ ਥਰੋਆਂ ਪਹਿਲੀਆਂ ਫਾਊਲ ਹੋਈਆਂ, ਉਹ ਦੋ ਥਰੋਆਂ ਫਾਊਲ ਹੋਣ ਕਰਕੇ ਮੇਰਾ ਸਾਰਾ ਕੰਪੀਟੀਸ਼ਨ, ਮੈਂ ਪ੍ਰੈਸ਼ਰ 'ਚ ਰਿਹਾ ਜੀ। ਤੇ ਕਿਉਂਕਿ ਪਹਿਲੀਆਂ ਤਿੰਨ ਥਰੋਆਂ ਮੈਂ ਬੈਸਟ 8 ਦੇ ਫਾਈਟ ਕਰਦਾ ਰਿਹਾ, ਦੋ ਫਾਊਲ ਹੋ ਗਏ, ਤੀਜੀ ਥਰੋ ਮੈਨੂੰ ਲਾਉਣੀ ਪੈਣੀ ਸੀ, ਨਹੀਂ ਮੈਂ ਵਾਸ਼ ਆਊਟ ਹੋ ਜਾਣਾ ਕੰਪੀਟੀਸ਼ਨ ਤੋਂ। ਤੇ ਜਿਹੜੀਆਂ ਅਗਲੀਆਂ ਤਿੰਨ ਦੀ ਮੇਰੀ ਫਾਈਟ ਸੀ ਵੀ ਮੈਂ ਗੋਲਡ ਮੈਡਲ ਜਿੱਤਣਾ, ਕਿਉਂਕਿ ਚੌਥੀ ਥਰੋ ਤੇ ਮੈਂ ਮੈਡਲ 'ਚ ਫਸ ਚੁੱਕਾ ਸੀਗਾ ਜੀ। ਹਾਂਜੀ ਹਾਂਜੀ, ਮਤਲਬ ਮਿਹਨਤ ਤੇ ਲਗਨ ਤੁਹਾਨੂੰ ਕਿਤੇ ਵੀ ਲਿਜਾ ਸਕਦੀ। ਬਿਲਕੁਲ। ਸੋ ਦੋਸਤੋ, ਉਹੀ ਗੱਲ ਹੈ ਜਿਹੜੀ ਤੁਹਾਡੇ ਸਾਹਮਣੇ ਅੱਜ ਸ਼ਖਸੀਅਤ ਖੜੀ ਹੈ, ਉਹ ਗੋਲਡ ਮੈਡਲਿਸਟ ਨੇ, ਤੇ ਕਹਿੰਦੇ ਪੜ੍ਹਾਈ ਦੇ ਵਿੱਚ ਚਾਹੇ ਮੈਨੂੰ ਮਾਰ ਪੈਂਦੀ ਸੀ ਪਰ ਗੇਮ ਦੇ ਵਿੱਚ ਕਦੇ ਵੀ ਇਸ ਤਰ੍ਹਾਂ ਦਾ ਨਹੀਂ ਹੋਇਆ, ਪਰ ਉਹਨਾਂ ਦੀ ਲਗਨ ਅਜਿਹੀ ਸੀ ਕਿ ਇੰਜਰੀ ਹੋਣ ਦੇ ਬਾਵਜੂਦ ਵੀ ਉਸ ਚੋਟੀ ਦੇ ਮੁਕਾਬਲੇ ਦੇ ਵਿੱਚ ਵੀ ਜਿੱਤ ਕੇ ਗੋਲਡ ਹਾਸਲ ਕੀਤਾ। ਜਿੱਥੇ ਦੇਸ਼ ਦਾ ਨਾਂ ਰੋਸ਼ਨ ਕੀਤਾ, ਉੱਥੇ ਆਪਣੇ ਮਾਤਾ ਪਿਤਾ ਦਾ ਨਾਂ ਰੋਸ਼ਨ ਕੀਤਾ, ਉੱਥੇ ਹੀ ਆਪਣਾ ਸੁਪਨਾ ਵੀ ਪੂਰਾ ਕੀਤਾ। ਸੋ ਇਸ ਤਰ੍ਹਾਂ ਹੀ ਨੌਜਵਾਨਾਂ ਨੂੰ ਚਾਹੀਦਾ ਕਿ ਇਸ ਤਰ੍ਹਾਂ ਅਜਿਹੇ ਲੋਕਾਂ ਤੋਂ ਪ੍ਰੇਰਣਾ ਲੈ ਕੇ ਅੱਗੇ ਵਧੋ, ਤੁਸੀਂ ਵੀ ਭਵਿੱਖ ਦੇ ਵਿੱਚ ਕੁਝ ਵੀ ਕਰ ਸਕਦੇ ਹੋ। ਸਿਰਫ ਔਰ ਸਿਰਫ ਤੁਹਾਨੂੰ ਜ਼ਰੂਰਤ ਹੈ ਹੌਸਲੇ ਦੀ ਤੇ ਹਿੰਮਤ ਦੀ। ਕੈਮਰਾਮੈਨ ਦੇ ਨਾਲ ਅਨੁਰਾਗ ਸ਼ਰਮਾ, ਡੇਲੀ ਪੋਸਟ ਪੰਜਾਬੀ ਲਈ, ਪਟਿਆਲਾ।